ਹਾਂਜੀ ਅੰਮ੍ਰਿਤਪਾਲ ਜੀ ਸਵਾਗਤ ਹੈ। ਦੱਸੋ ਤੁਹਾਡਾ ਕੀ ਵਿਚਾਰ ਹੈ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਬਾਰੇ? ਕਾਰਗੁਜ਼ਾਰੀ ਦੇਖੋ ਜੀ, ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਨਵੀਂ ਕਿਸੇ ਵੀ ਪਾਰਟੀ ਨੂੰ ਆਉਂਦੀਆਂ ਨੇ ਜੀ, ਤੇ ਫਿਲਹਾਲ ਦੀ ਘੜੀ ਤੇ ਬਹੁਤ ਮਿਹਨਤ ਹੋ ਰਹੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਆਪਣੇ ਲੋਕਾਂ ਦਾ, ਆਪਣੇ ਸਮਾਜ ਦਾ ਇੱਕ ਇਸ ਬੰਨੇ ਵੀ ਰੁਝਾਨ ਵਧਿਆ ਕਿ ਸਿਆਸਤ ਵਿੱਚ ਚੰਗੇ ਲੋਕ ਵੀ ਆ ਸਕਦੇ। ਪਰ ਅੰਮ੍ਰਿਤਪਾਲ ਜੀ ਤੁਹਾਨੂੰ ਨਹੀਂ ਲੱਗਦਾ ਵੀ ਜਿਸ ਤਰ੍ਹਾਂ ਉਹਨਾਂ ਨੇ ਕੱਲ ਵੈਟ ਕੁਝ ਕੀਮਤਾਂ ਤੇ ਵਧਾਇਆ ਵਾ, ਜਾਂ ਤੇ ਉਹ ਬਜਟ ਦਾ ਹਿੱਸਾ ਹੋਣਾ ਚਾਹੀਦਾ ਸੀ, ਜਾਂ ਇਸ ਤਰ੍ਹਾਂ ਵੈਟ ਜਿਹੜਾ ਵਾ ਨਹੀਂ ਵਧਾਉਣਾ ਚਾਹੀਦਾ ਵੀ ਹਾਲੀ ਤੁਸੀਂ 5 ਦਿਨ ਪਹਿਲਾਂ ਹੀ ਬਜਟ ਪੇਸ਼ ਕੀਤੀ ਆ ਔਰ ਹੁਣ ਇੱਕ ਨਵਾਂ ਬਿੱਲ ਲਿਆ ਕੇ ਤੁਸੀਂ ਵੈਟ ਵਧਾਤਾ ਵਾ? ਹਾਂਜੀ, ਆਪਾਂ ਇੱਕ ਗੱਲ ਵੀ ਯਾਦ ਰੱਖੀਏ ਕਿ ਇਹ ਸਿਆਸੀ ਪਾਰਟੀ ਹੈ, ਇਹਦੇ ਸਿਆਸਤ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਨੇ ਆਪਾਂ ਨੂੰ ਦੇਖਣੀਆਂ ਪੈਂਦੀਆਂ ਜੀ। ਸੋ ਐਸ ਲੌਂਗ ਐਸ ਕਿ ਕਾਮਨ ਮੈਨ ਨੂੰ ਫਾਇਦਾ ਹੁੰਦਾ, ਉਹਨਾਂ ਚਿਰ ਆਪਾਂ ਉਸ ਲਈ ਤੇ ਕੰਮ ਕਰਦੇ ਰਹੀਏ ਜਿਹਦੇ ਨਾਲ ਕਾਮਨ ਮੈਨ ਨੂੰ ਫਾਇਦਾ ਹੁੰਦਾ ਤੇ ਕੁਝ ਗੱਲਾਂ ਨੂੰ ਅਣਗਹਿਲੀ ਕੀਤਾ ਜਾ ਸਕਦਾ। ਪਰ ਦੇਖੋ, ਕਾਮਨ ਮੈਨ ਨੂੰ ਜੇ ਪੈਟਰੋਲ ਦੀਆਂ ਕੀਮਤਾਂ ਵੱਧ ਗਈਆਂ ਤੇ ਕਾਮਨ ਮੈਨ ਨੂੰ ਤੇ ਫਿਰ ਨੁਕਸਾਨ ਹੋਇਆ ਨਾ ਉਹਦੇ ਨਾਲ? ਨਹੀਂ, ਮੈਨੂੰ ਨਹੀਂ ਲੱਗਦਾ ਜੀ ਵਧਣਗੀਆਂ, ਇਹ ਇੱਕ ਅਫਵਾਹ ਹੀ ਫੈਲਾਈ ਜਾ ਰਹੀ ਹੈ। ਤੇ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਪੈਟਰੋਲ ਦੀਆਂ ਕੀਮਤਾਂ ਵਧਣਗੀਆਂ, ਇਹ ਇੱਕ ਨਾ ਤੇ ਦਿੱਲੀ ਸਰਕਾਰ ਵੱਲੋਂ ਕਿਹਾ ਗਿਆ ਹੈ, ਨਾ ਉਹਨਾਂ ਦੇ ਕਿਸੇ ਵੀ ਜਿਹੜਾ ਇਕਨੋਮਿਸਟ ਹੈ ਉਹਨਾਂ ਨੇ ਕਬੂਲਿਆ ਹੈ ਕਿ ਵਧਣਗੀਆਂ। ਸੋ ਇਹ ਹਜੇ ਤੱਕ ਤੇ ਅਫਵਾਹ ਹੀ ਹੈ, ਆਪਾਂ ਅਫਵਾਹ ਦੇ ਸਿਰ ਤੇ ਏਡੇ ਵੱਡੇ ਕਿਆਫੇ ਲਾ ਲੈਣੇ। ਓਕੇ ਓਕੇ।